ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਆਯੁਸ਼ਮਾਨ ਸਿੰਘ ਗਰੋਵਰ ਅਤੇ ਤੁਸੀਂ ਦੇਖ ਰਹੇ ਪੰਜਾਬ ਪਲੱਸ ਟੀ ਵੀ। ਥੀਏਟਰ ਕਰੰਟ ਡਾਕਾ ਪੈ ਚੁੱਕਾ ਹੈ, ਗਿੱਪੀ ਦੀ ਫਿਲਮ ਲੱਗ ਚੁੱਕੀ ਹੈ ਡਾਕਾ ਡਾਕਾ ਡਾਕਾ। ਠੀਕ ਹੈ ਜੀ, ਆਪਾਂ ਸਟਾਰਕਾਸਟ ਦੀ ਗੱਲ ਕਰੀਏ, ਗਿੱਪੀ ਗਰੇਵਾਲ, ਜ਼ਰੀਨ ਖਾਨ, ਬਰਿੰਦਰ ਬਨੀਰ, ਰਵਿੰਦਰ ਮੰਡ ਅਤੇ ਹੋਰ ਕਈ ਵੱਡੇ ਕਲਾਕਾਰਾਂ ਨੇ ਮੂਵੀ 'ਚ ਕੰਮ ਕੀਤਾ ਹੋਇਆ ਹੈ। ਜੇ ਆਪਾਂ ਇਸ ਸਟੋਰੀ ਲਾਈਨ ਦੀ ਗੱਲ ਕਰੀਏ, ਗਿੱਪੀ ਯਾਨੀ ਸ਼ਿੰਦਾ ਜੋ ਆਪਣੀ ਲਵ ਨਾਲ ਬਹੁਤ ਪਿਆਰ ਕਰਦਾ ਹੈ, ਉਹਦੇ ਕੋਲ ਪੈਸਾ ਨਹੀਂ ਹੁੰਦਾ, ਉਹ ਇਸੇ ਕਾਰਨ ਬੈਂਕ ਲੁੱਟਦਾ ਹੈ ਅਤੇ ਮੂਵੀ ਸਾਨੂੰ ਇਹ ਦਿਖਾਇਆ ਕਿ ਉਹ ਜਲਦੀ ਫੜਿਆ ਵੀ ਜਾਂਦਾ ਹੈ ਅਤੇ ਇਹ ਵੀ ਦਿਖਾਇਆ ਗਿਆ ਕਿ ਉਹ ਪੰਜਾਬ ਦੇ ਇੱਕ ਵੱਡੇ ਗੈਂਗਸਟਰ ਨਾਲ ਕੁਝ ਵੱਡਾ ਪਲਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਹੁਣ ਆਪਾਂ ਇਹ ਦੇਖਣਾ ਕਿ ਉਹ ਪਲਾਨ ਕੀ ਹੈ ਅਤੇ ਆਇਓ ਫਿਰ ਲੋਕਾਂ ਨੂੰ ਪੁੱਛੋ ਕਿ ਦਿਲ ਗਿਆ ਫਿਰ। ਭਾਵੇਂ ਫੁੱਲ ਘਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ। ਸਰ ਆਪ ਮੂਵੀ ਕਿਸ ਲੱਗੀ? ਬਹੁਤ ਵਧੀਆ ਮੂਵੀ ਸੀ ਸਰ, ਗਿੱਪੀ ਗਰੇਵਾਲ ਦੀ। ਸਰ ਕੋਈ ਤੁਹਾਨੂੰ ਅੱਛਾ ਸੀਨ ਲੱਗਿਆ? ਅੱਛਾ ਸੀਨ ਸਰ, ਇਹ ਤਾਂ ਤੁਹਾਨੂੰ ਦੇਖ ਕੇ ਸਭ ਤੋਂ ਵਧੀਆ ਸੀਨ ਜਦੋਂ ਭਾਜੀ ਡਾਕਾ ਮਾਰਨ ਜਾਂਦੇ ਆ ਲਾਸਟ। ਭਾਜੀ ਐਂਡ ਲੱਗੀ ਯਾਰ, ਗਿੱਪੀ ਭਾਈ ਦੀ ਐਕਟਿੰਗ ਓਹੋ ਸਿਰਾ ਹੀ ਕਰਾ ਗਏ, ਉਹ ਕੋਮੇਡੀ ਭਾਜੀ, ਐਕਸ਼ਨ ਐਂਡ ਸੀ ਸਾਰਾ ਕੁਛ, ਮਜ਼ਾ ਆ ਗਿਆ। ਗਾਣਾ ਭਾਜੀ, ਗਾਣਾ 'ਚ ਮੈਂ ਇੰਟਰਸਟਿਡ ਨੇ, ਬਾਕੀ ਸਾਰਾ ਕੁਝ ਵਧੀਆ ਲੱਗਾ ਮੈਨੂੰ। ਸਟੋਰੀ ਭਾਜੀ, ਸਟੋਰੀ ਹੈ ਨਹੀਂ ਸਹੀ ਆ, ਸਟੋਰੀ ਤਾਂ ਬਸ ਓਕੇ ਆ ਬਾਈ, ਜਿਹੜਾ ਕੰਮ ਕੀਤਾ ਦਿਲ ਖੁਸ਼ ਕਰਦਾ ਭਾਜੀ। ਗਿੱਪੀ ਗਰੇਵਾਲ ਜੀ ਬਹੁਤ ਵਧੀਆ ਸੀ ਐਕਟਿੰਗ, ਗਿੱਪੀ ਗਰੇਵਾਲ ਦੇ ਰੇਨ ਖਾਨ ਦੀ ਰੇਨ ਸਾਰੇ ਵਧੀਆ ਸੀ, ਬਹੁਤ ਵਧੀਆ। ਹਾਂਜੀ ਭਾਈ ਬਹੁਤ ਵਧੀਆ ਸੀ ਗਿੱਪੀ ਭਾਈ ਅਤੇ ਰਾਣਾ ਰਣਜੀਤ ਭਾਈ ਦੀ, ਇਹਨੂੰ ਭਾਈ ਉਹ ਐਕਸ਼ਨ ਵਾਲਾ ਸੀ ਵਧੀਆ ਲੱਗਿਆ ਬਸ। ਫੁਲਕਾਰੀ ਸਟੋਰੀ ਬਹੁਤ ਵਧੀਆ ਸੀ, ਜਾਂ ਜੇਮਸ ਬੌਂਡ ਦੀ ਸਟੋਰੀ ਸੀ ਪੂਰੀ, ਬਹੁਤ ਵਧੀਆ ਲੱਗੀ, ਬਹੁਤ ਵਧੀਆ ਲੱਗੀ ਐਕਟਿੰਗ, ਬਹੁਤ ਵਧੀਆ ਮੂਵੀ ਦਾ। 5 out of 5 ਸਟਾਰ ਬਾਈ, 5 ਸਟਾਰ ਦੇਵਾਂਗਾ ਮੈਂ ਤਾਂ ਗਿੱਪੀ ਬਾਈ ਦਾ। 4 ਸਟਾਰ ਇਹ 5 ਹੀ ਦੇਵਾਂ। 5 out of 5 ਸਟਾਰ 4।